ਫਰੀਦਕੋਟ ਦੇ ਸਥਾਨਕ ਸੱਭਿਆਚਾਰਕ ਕੇਂਦਰ 'ਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਭਾਰਤ ਸਰਕਾਰ ਦੀ ਐਡਿਪ ਸਕੀਮ ਅਤੇ ਭਾਰਤ ਸਰਕਾਰ ਦੀ ਏਜੰਸੀ ਐਲਮੀਕੋ ਕਾਨਪੁਰ ਵੱਲੋਂ ਫਰੀਦਕੋਟ ਦੀ ਰੈੱਡ ਕਰਾਸ ਸ਼ਾਖਾ ਦੀ ਸਹਾਇਤਾ ਨਾਲ ਵਿਕਲਾਂਗ ਅਤੇ ਲੋੜਵੰਦ ਵਿਅਕਤੀਆਂ ਲਈ 34.41 ਲੱਖ ਰੁਪਏ ਦੇ ਲੋੜੀਂਦੇ ਉਪਕਰਨ ਟ੍ਰਾਈਸਾਈਕਲ ਵ੍ਹੀਲਚੇਅਰਸ ਸਮਾਰਟ ਕੇਨ ਸੁਣਨ ਵਾਲੇ ਯੰਤਰ ਬਨਾਵਟੀ ਅੰਗ ਆਦਿ ਵੰਡੇ ਗਏ। ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਮਾਲਵਿੰਦਰ ਸਿੰਘ ਜੱਗੀ ਸ਼ਾਮਲ ਹੋਏ, ਜਦਕਿ ਫਰੀਦਕੋਟ ਤੋਂ ਸਾਂਸਦ ਪ੍ਰੋਫੈਸਰ ਸਾਧੂ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਡਿਪਟੀ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਨੇ ਬੋਲੇ ਅਤੇ ਅੰਗਹੀਣ ਵਿਅਕਤੀ ਸਾਡੇ ਸਮਾਜ ਦਾ ਅਨਿੱਖਣਵਾਂ ਅੰਗ ਹਨ ਅਤੇ ਸਾਨੂੰ ਇਹਨਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਪਲਬਧ ਕਰਵਾਏ ਉਪਕਰਨਾਂ ਨਾਲ ਲੋੜਵੰਦ ਵਿਅਕਤੀਆਂ ਨੂੰ ਕਾਫੀ ਰਾਹਤ ਪ੍ਰਦਾਨ ਕਰੇਗੀ। ਉਹਨਾਂ ਦੱਸਿਆ ਕਿ ਅਪੰਗ ਵਿਅਕਤੀਆਂ ਦੀ ਸ਼ਨਾਖਤ ਲਈ ਫਰੀਦਕੋਟ, ਕੋਟਕਪੁਰਾ ਅਤੇ ਜੈਤੋ ਵਿਖੇ ਵਿਸ਼ੇਸ਼ ਜਾਂਚ ਕੈਂਪ ਜੂਨ ਮਹੀਨੇ 'ਚ ਲਗਾਏ ਗਏ ਸਨ, ਜਿਸ 'ਚ 481 ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਸੀ ਅਤੇ ਸਾਰੇ ਹੀ ਵਿਅਕਤੀਆਂ ਨੂੰ ਅੱਜ ਕਰਵਾਏ ਗਏ ਇਸ ਸਮਾਗਮ 'ਚ 712 ਉਪਕਰਨ ਵੰਡੇ ਗਏ ਹਨ। ਉਹਨਾਂ ਦੱਸਿਆ ਕਿ ਅੰਗਹੀਣ ਵਿਅਕਤੀਆਂ ਦੀ ਭਲਾਈ ਲਈ ਫਰੀਦਕੋਟ ਦੀ ਰੈੱਡ ਕਰਾਸ ਸ਼ਾਖਾ ਨੂੰ 2 ਵਾਰ ਕੌਮੀ ਸਨਮਾਨ ਅਤੇ 2 ਵਾਰ ਰਾਜ ਪੱਧਰੀ ਸਨਮਾਨ ਵੀ ਮਿਲ ਚੁੱਕਾ ਹੈ। ਇਸ ਮੌਕੇ ਫਰੀਦਕੋਟ ਤੋਂ ਸਾਂਸਦ ਪ੍ਰੋਫੈਸਰ ਸਾਧੂ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅਪਾਹਜਾਂ ਦੀ ਮਦਦ ਕਰਕੇ ਆਦਰਸ਼ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਅਤੇ ਉਹ ਹਮੇਸ਼ਾ ਇਹਨਾਂ ਦੀ ਸਹਾਇਤਾ ਲਈ ਤਿਆਰ ਰਹਿਣਗੇ। ਇਸ ਮੌਕੇ ਰੈੱਡ ਕਰਾਸ ਦੇ ਸਕੱਤਰ ਰੋਸ਼ਨ ਲਾਲ ਗੋਇਲ ਨੇ ਦੱਸਿਆ ਕਿ ਇਸ ਸਮਾਗਮ 'ਚ 94 ਟ੍ਰਾਈਸਾਈਕਲ, 96 ਵ੍ਹੀਲਚੇਅਰਸ, 44 ਕਰਚਸ, 172 MR ਕਿੱਟਾਂ, 3 ਵਰਕਿੰਗ ਸਟਿਕਸ, 27 ਬਲਾਈਂਡ ਸਟਿਕਸ, 1 CP ਚੇਅਰ, 35 ਸਮਾਰਟ ਕੇਨ, 30 ਸਮਾਰਟਫੋਨ, 160 ਸੁਣਨ ਵਾਲੇ ਯੰਤਰ, 22 ਬ੍ਰੇਲ ਕਿੱਟਾਂ, 6 ਬ੍ਰੇਲ ਸਲੇਟਾਂ, 16 ਬਨਾਵਟੀ ਅੰਗ ਅਤੇ 16 ਕੈਲੀਪਰ ਵੰਡੇ ਗਏ ਹਨ।